ਇੰਜ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਵਿਟਸ ਫੋਰ ਪ੍ਰੀਪੈਰਿਟੀ ਦੀ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ। ਮੰਗਲਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੈਟਰਨਰੀ ਡਾਕਟਰਾਂ ਦੀਆਂ ਤਨਖਾਹਾਂ ਬਹਾਲ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਸ਼ੁਰੂਆਤੀ ਦੌਰ ਵਿੱਚ ਹੀ ਨਵੇਂ ਭਰਤੀ ਹੋਏ ਡਾਕਟਰਾਂ ਦੀ ਤਨਖਾਹ ਸਕੇਲ ਵਿੱਚ ਬਹੁਤ ਘੱਟ ਰੱਖਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਹ ਡਾਕਟਰ ਆਪਣੀ ਸੇਵਾ ਦੇ ਆਖਰੀ ਸਮੇਂ ਤੱਕ ਦੂਜੇ ਡਾਕਟਰਾਂ ਨਾਲੋਂ ਘੱਟ ਤਨਖਾਹ ਸਕੇਲ ਤੇ ਰਹਿਣਗੇ। ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਡਾਕਟਰ ਗੁਰਚੈਨ ਸਿੰਘ, ਡਾਕਟਰ ਅਬਦੁਲ ਮਜੀਦ, ਡਾਕਟਰ ਪੁਨੀਤ ਮਲਹੋਤਰਾ, ਡਾਕਟਰ ਤੇਜਿੰਦਰ ਸਿੰਘ, ਡਾਕਟਰ ਗੁਰਦੀਪ ਸਿੰਘ ਅਤੇ ਡਾਕਟਰ ਹਰਮਨਦੀਪ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਨਾ ਸਿਰਫ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਸਗੋਂ ਸਰਕਾਰ ਵੈਟਰਨਰੀ ਡਾਕਟਰਾਂ ਨੂੰ ਤਨਖਾਹ ਸਕੇਲ ਤੇ ਪਾਸਾ ਵੱਟ ਰਹੀ ਹੈ। ਕਮਿਸ਼ਨ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਮੁੱਦਾ ਇਹੀ ਹੈ ਕਿ ਜਿਹੜਾ ਹੈਗਾ ਪਿਛਲੇ 42 ਸਾਲ ਤੋਂ ਚੱਲਦੀ ਆ ਰਹੀ ਪੇ ਪੈਰਟੀ ਮੈਡੀਕਲ ਡਾਕਟਰਾਂ ਨਾਲੋਂ ਡੈਂਟਲ ਡਾਕਟਰਾਂ ਨਾਲੋਂ ਸਾਡੀ ਵੈਟਰੀ ਅਫਸਰਾਂ ਤੋੜ ਦਿੱਤੀ ਗਈ ਹੈ ਅਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ 25 ਜੂਨ ਤੋਂ ਜਿਹੜਾ ਹੈਗਾ ਪਹਿਲੇ ਫੇਜ਼ ਦੇ ਵਿੱਚ ਜਿਹੜਾ ਹੈਗਾ ਸੰਘਰਸ਼ ਆਰੰਭ ਕੀਤਾ ਹੋਇਆ ਅਤੇ 1/8/2024 ਤੋਂ ਜਿਹੜਾ ਹੈਗਾ ਅਸੀਂ ਸੈਕਿੰਡ ਫੇਜ਼ ਇਹਦੇ ਨਾਲ ਜੁੜਨ ਜਾ ਰਹੇ ਹਾਂ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਜਾ ਰਹੇ ਹਾਂ। ਦੋ ਹੀ ਮੰਗਾਂ ਨੇ, ਇੱਕ ਪੇ ਪੈਟ ਦੀ ਹੈਗੀ ਹੈ ਵੀ 47,600 ਤੋਂ ਵਧਾ ਕੇ 56,100 ਕੀਤਾ ਜਾਵੇ ਅਤੇ ਦੂਸਰੀ ਮੰਗ ਹੈਗੀ ਹੈ ਜਿਹੜਾ ਹੈਗਾ ਐੱਨ ਪੀ ਦੇ ਉੱਤੇ ਐੱਚ ਆਰ ਜਿਹੜਾ ਮਿਲਦਾ ਉਹਨਾਂ ਨੂੰ ਮਿਲਦਾ ਮੈਡੀਕਲ ਨੂੰ, ਸਾਨੂੰ ਨਹੀਂ ਮਿਲਦਾ ਉਹ ਦਿੱਤਾ ਜਾਵੇ। ਜੇਕਰ ਸਰਕਾਰ ਆਪਣੀ ਮੰਗਾਂ ਨਹੀਂ ਮੰਨਦੀ ਤਾਂ ਅਗਲਾ ਐਕਸ਼ਨ ਕੀ ਆ? ਅਗਲਾ ਐਕਸ਼ਨ ਜਿਹੜਾ ਹੈਗਾ ਫਿਰ ਅਸੀਂ ਵੀ ਧਰਨੇ ਜਿਹੜੇ ਹੈਗੇ ਆ ਸਟਾਰਟ ਕਰਾਂਗੇ ਅਤੇ ਸਾਡੇ ਅਸੀਂ 4-5 ਜਿਹੜੇ ਹੈਗੇ ਆ ਬਣਾਏ ਹੋਏ ਆ ਪੜਾਅ, ਉਹ ਪੜਾਅ ਜਿਹੜੇ ਹੈਗੇ ਆ ਅਸੀਂ ਉਹਨੂੰ ਜਲਦੀ ਇੰਪਲੀਮੈਂਟ ਕਰਨ ਜਾ ਰਹੇ ਹਾਂ। ਇਸ ਸੰਬੰਧੀ ਅਸੀਂ ਜਿਹੜੇ ਪਿਛਲੇ ਆਵਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਾਈਮ ਦੇ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ, ਲਾਲਜੀਤ ਸਿੰਘ ਭੁੱਲਰ ਜੀ ਨੂੰ ਅਤੇ ਹੁਣ ਜਿਹੜੇ ਮੌਜੂਦਾ ਹੈ ਆਪਣੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ, ਇਹਨਾਂ ਨਾਲ ਬਹੁਤ ਵਾਰ ਰਾਬਤਾ ਕੀਤਾ, ਬਹੁਤ ਵਾਰ ਮਿਲੇ ਹਾਂ, ਸਾਨੂੰ ਸਿਰਫ ਭਰੋਸੇ ਹੀ ਮਿਲੇ ਆ। ਬਟ ਜੇ ਆਪਾਂ ਗਰਾਊਂਡ 'ਤੇ ਵੇਖੀਏ ਜਾਂ ਇੰਪਲੀਮੈਂਟ ਕੀ ਹੋਇਆ, ਇੰਪਲੀਮੈਂਟ ਕੁਛ ਨਹੀਂ ਹੋਇਆ। ਸੋ ਇਸੇ ਲਈ ਮਜਬੂਰਨ ਸਾਨੂੰ ਇਹ ਸੰਘਰਸ਼ ਦਾ ਰਾਹ ਤਿਆਰ ਕਰਨਾ ਪਿਆ ਅਤੇ ਜਿਹਦੇ ਪੜਾਅ ਦੇ ਹੇਠ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 23 ਤਰੀਕ ਤੋਂ ਪਿਛਲੇ ਮਹੀਨੇ ਦੀ ਅਸੀਂ ਸੰਘਰਸ਼ ਬਾਈਕਾਟ ਸ਼ੁਰੂ ਕੀਤਾ ਸੀਗਾ ਅਤੇ ਵਿੱਚ 5 ਤਰੀਕ ਦੀ ਮੰਤਰੀ ਸਾਹਿਬ ਨਾਲ ਹੋਈ ਮੀਟਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਥੋੜ੍ਹੀ ਦੇਰ ਉਹਨੂੰ 15 ਦਿਨ ਅਸੀਂ ਹੋਰ ਅੱਗੇ ਪਾਇਆ ਅਤੇ ਸੋ ਹੁਣ ਅਸੀਂ ਕੋਈ ਕੰਮ ਫਿਰ ਨਹੀਂ ਹੋਇਆ ਸਾਡੇ ਨਾਲ, ਨਾ ਕੋਈ ਉੱਚ ਪੱਧਰੀ ਮੀਟਿੰਗ ਹੋਈ ਅਤੇ ਨਾ ਹੀ ਸਾਡੀ ਕੋਈ ਨੋਟੀਫਿਕੇਸ਼ਨ ਜਾਰੀ ਹੋਈ। ਉਸ ਕਰਕੇ ਸਾਨੂੰ ਸੰਘਰਸ਼ ਨੂੰ ਹੋਰ ਤਿੱਖੇ ਕਰਦੇ ਹੋਏ 1 ਤਰੀਕ ਤੋਂ ਅਸੀਂ ਮਸਨੂਈ ਗਰਭਦਾਨ AI ਦਾ ਜਿਹੜੀਆਂ ਫੈਸਿਲਿਟੀ ਦਾ ਸਰਵਿਸਿਜ਼ ਦਿਨ ਨੇ ਉਹਦਾ ਬਾਈਕਾਟ ਕਰਨ ਜਾ ਰਹੇ ਹਾਂ। ਇਹ ਪੂਰੇ ਪੰਜਾਬ 'ਚ ਜੀ ਜਿਹੜੇ ਹੈਗਾ 450 ਦੇ ਆਸ ਪਾਸ ਜਿਹੜਾ ਹੈਗਾ ਡਾਕਟਰ ਪ੍ਰਭਾਵਿਤ ਹੈ, ਦੋ ਬੈਚ ਪ੍ਰਭਾਵਿਤ ਨੇ, 2020 ਬੈਚ ਅਤੇ 2023 ਬੈਚ। ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਹੋਣੇ ਜਿਵੇਂ ਪਿੰਡਾਂ ਦੇ ਹੋਣੇ ਨੇ, ਸਰਪੰਚਾਂ ਸਰਪੰਚਾਂ ਦੇ, ਉਸ 'ਚ ਜਾ ਕੇ ਉੱਧਰ ਬਾਈਕਾਟ ਕਰੋਗੇ ਇਲੈਕਸ਼ਨਾਂ ਦਾ ਕਿਵੇਂ ਹੋਏਗਾ? ਦੇਖੋ ਅਸੀਂ ਜਿਹੜਾ ਹੈਗਾ ਪੋਲੀਟੀਕਲੀ ਅਸੀਂ ਕੋਈ ਇਨਵੋਲਵਮੈਂਟ ਨਹੀਂ ਸਾਡੀ ਹੈਗੀ ਹੈ, ਕਿਉਂਕਿ ਸਰਕਾਰ ਦੇ ਕੋਲ ਅਸੀਂ ਮੰਗ ਰੱਖਣੀ ਸਾਡੀ ਜਾਇਜ਼ ਹੈ ਅਤੇ ਅਸੀਂ ਪੋਲੀਟੀਕਲ ਨਾ ਹੋਣ ਕਰਕੇ ਨੋਨ ਪੋਲੀਟੀਕਲ ਨਾਲ ਅਸੀਂ ਜਿਹੜਾ ਹੈਗਾ ਅਸੀਂ ਕਦੇ ਵੀ ਕੋਈ ਪੜ੍ਹੀ ਲਿਖੀ ਕਲਾਸ ਆ, ਕਲਾਸ 1 ਅਫਸਰ ਨੇ, ਇਸ ਕਰਕੇ ਅਸੀਂ ਆਪਦੀ ਸਿੱਧੀ ਲਾਈਨ ਰੱਖੀ ਹੋਈ ਹੈ, ਅਸੀਂ ਉੱਧਰ ਨਹੀਂ ਜਾਣਾ ਚਾਹੁੰਦੇ। ਪਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ, ਮੁੱਖ ਮੰਤਰੀ ਨੂੰ, ਮੰਤਰੀ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜਾ ਹੈ ਜਲਦੀ ਮੰਗਾਂ ਪੂਰੀਆਂ ਕੀਤੀਆਂ ਜਾਣ। ਅੰਬਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਲਾਲੜੂ ਦੀ ਮਸਜਿਦ ਦੇ ਮੌਲਵੀ ਦੇ ਬੇਟੇ ਸ਼ੋਭ ਮੁਹੰਮਦ ਉੱਤੇ ਗੰਭੀਰ ਇਲਜ਼ਾਮ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਲਾਲੜੂ ਮਸਜਿਦ ਪਹੁੰਚੀ ਲੜਕੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਭ ਮੁਹੰਮਦ ਦੇ ਜੋ ਕਿ ਲਾਲੜੂ ਮਸਜਿਦ ਵਿੱਚ ਰਹਿਣ ਵਾਲੇ ਮੌਲਵੀ ਦਾ ਮੁੰਡਾ ਹੈ ਤੇ ਆਪਣੇ ਆਪ ਨੂੰ ਹਾਈ ਕੋਰਟ ਵਿੱਚ ਰੀਡਰ ਦੱਸਦਾ ਹੈ। ਉਸਨੇ ਮੇਰਾ ਸਰੀਰਕ ਸ਼ੋਸ਼ਣ ਕਰ ਸਰਕਾਰੀ ਨੌਕਰੀ ਲਾਉਣ ਦਾ ਝਾਂਸਾ ਵੀ ਦਿੰਦਾ ਰਿਹਾ ਸੀ। ਇਸ
ਇਸ ਵਿੱਚ ਉਸਨੇ ਤਕਰੀਬਨ ਮੇਰੇ ਕੋਲੋਂ 1.5 ਤੋਂ 2 ਲੱਖ ਰੁਪਏ ਦੀ ਰਕਮ ਵੀ ਵਸੂਲੀ ਹੈ ਤੇ ਸ਼ਹਿਰ ਦੇ ਵੱਖ ਵੱਖ ਹੋਟਲਾਂ ਵਿੱਚ ਲਿਜਾ ਕੇ ਉਸਦਾ ਸਰੀਰਕ ਸ਼ੋਸ਼ਣ ਦੇ ਨਾਲ ਨਾਲ ਉਸਦੀ ਗਲਤ ਵੀਡੀਓ ਬਣਾ ਕੇ ਵੀ ਉਸਨੂੰ ਬਲੈਕਮੇਲ ਕਰਦਾ ਰਹਿੰਦਾ ਹੈ। ਹੋਰ ਮਾਮਲਾ ਹੈ ਕਿ ਲੋ ਤੁਸੀਂ ਵੀ ਸੁਣੋ ਇਸ ਲੜਕੀ ਦੀ ਜ਼ੁਬਾਨੀ। ਯਹਾਂ ਪੇ ਥਾਣੇ ਮੇਂ ਆਇਓ। ਮੈਂ ਕਿਸੀ ਕੇ ਥਰੂ ਯਹਾਂ ਲਾਲੂ ਮੇਂ ਇੱਕ ਮੁਹੰਮਦ ਸ਼ੋਇਬ ਨਾਮ ਕਾ ਲੜਕਾ ਰਹਤਾ ਹੈ ਜੋ ਕਹਤਾ ਥਾ ਕਿ ਮੈਂ ਜਜਮੈਂਟ ਰਾਈਟਰ ਹੂੰ ਹਾਈ ਕੋਰਟ ਮੇਂ, ਤੋ ਮੇਰੀ ਕਾਫੀ ਅੱਛੀ ਜਾਣ ਪਹਿਚਾਣ ਹੈ। ਮੇਰੀ ਮੁਲਾਕਾਤ ਉਸਸੇ ਹੋਈ ਥੀ ਸਰਕਾਰੀ ਨੌਕਰੀ ਲਗਵਾਉਣੇ ਕੇ ਉਸਮੇਂ, ਤੋ ਇਸ ਲੜਕੇ ਨੇ ਸਰਕਾਰੀ ਨੌਕਰੀ ਕਾ ਝਾਂਸਾ ਦੇ ਕੇ ਇਸਨੇ ਮੇਰੇ ਸੇ ਪੇਮੈਂਟ ਲੀ, ਮੇਰਾ ਯੂਜ਼ ਕੀਆ, ਡਿਜੀਟਲ ਹੁਆ। ਇਸਨੇ ਮੇਰੀ ਇੱਕ ਮੈਡੀਸਿਨ ਸਟਾਰਟ ਕੀ ਜੋ ਬਾਅਦ ਮੇਂ ਪਤਾ ਲਗਾ ਕਿ ਉਹ ਇੱਕ ਨਸ਼ੇ ਕੀ ਮੈਡੀਸਿਨ ਥੀ, ਉਹ ਇਸਨੇ ਸਟਾਰਟ ਕੀ ਔਰ ਇਹਨਾਂ ਨੇ ਮੇਰਾ ਧਰਮ ਪਰਿਵਰਤਨ ਕਰਵਾਇਆ ਇਸੀ ਮਸਜਿਦ ਮੇਂ ਲਾ ਕੇ, ਔਰ ਉਸਕੇ ਬਾਅਦ ਸੇ ਅਭੀ ਇਹ ਫਰਾਰ ਹੈ। ਤੋ ਅਭੀ ਜੈਸੇ ਆਪਨੇ ਪੁਲਿਸ ਕੰਪਲੇਂਟ ਕੀ ਹੋਈ ਹੈ, ਤੋ ਅਭੀ ਕਿਆ ਪ੍ਰੋਸੈਸ ਚੱਲ ਰਿਹਾ ਉਸ ਕੰਪਲੇਂਟ? ਪੁਲਿਸ ਕੰਪਲੇਂਟ ਕੀ ਥੀ ਸਰ, ਮੈਨੇ 25/4 ਕੋ 28/6 ਕੋ SP ਆਫਿਸ ਇਸਕੀ FIR ਕਰ ਚੁੱਕੀ ਹੈ ਜੀ, ਔਰ ਜੋ ਪ੍ਰਸ਼ਾਸਨ ਹੈ ਹਮਾਰਾ ਉਸਨੂੰ ਨੇ ਪ੍ਰੋਮਿਸ ਕੀਆ ਥਾ ਕਿ ਹਮ ਜਲਦ ਸੇ ਜਲਦ ਇਸਕੋ ਗ੍ਰਿਫਤਾਰ ਕਰ ਲੇਂਗੇ ਜੀ, ਔਰ ਬਾਕੀ ਮਾਮਲਾ ਉਨਕੇ ਉੱਪਰ ਹੈ ਕਿ ਕਿਤਨੀ ਜਲਦੀ ਇਸਕੋ ਅਰੈਸਟ ਕਰਤੇ ਹੈ। ਤੋ ਆਪਕੋ ਇਨ ਬਿਟਵੀਨ ਨੌਕਰੀ ਲਗਾਨੇ ਕੇ ਚੱਕਰ ਮੇਂ ਕੋਈ ਪੈਸੇ ਵੀ ਆਪਨੇ ਪੇ ਕੀਏ? ਹਾਂਜੀ ਸਰ, ਸਭਸੇ ਪਹਿਲਾਂ ਮੈਨੇ ਇਸਕੋ ਜੋ ਕੈਸ਼ ਲਿਆ ਥਾ ਵੋ 1 ਲੱਖ ਰੁਪਏ ਦਿਆ ਥਾ, ਔਰ ਉਸਕੇ ਬਾਅਦ ਵੀ ਕਭੀ 10,000 ਕਭੀ 5,000 ਕਭੀ 3,000 ਯਹਾਂ ਡਾਕੂਮੈਂਟ ਪੇ ਲਗਨੇ ਹੈਂ ਵਹਾਂ ਲਗਨੇ ਹੈਂ, ਤੋ ਮੈਂ ਗੂਗਲ ਪੇ ਸੇ ਇਸਕੋ ਪੇਮੈਂਟ ਦੇਤੀ ਰਹੀ। ਤੋ ਲਾਸਟ ਟਾਈਮ ਬਾਤ ਬਿਗੜੀ ਕਹਾਂ ਸੇ ਮੈਡਮ? ਲਾਸਟ ਟਾਈਮ ਬਾਤ ਬਿਗੜੀ ਜਬ ਮੇਰੇ ਕੋ ਪਤਾ ਲਗਾ ਕਿ ਇਹ ਮੇਰੇ ਸਾਥ ਜੋ ਮੈਡੀਸਿਨਸ ਹੈ ਵੋ ਗਲਤ ਦੀ ਜਾ ਰਹੀ ਹੈ, ਔਰ ਉਸਕੇ ਬਾਅਦ ਇਹ ਜੋ ਫਰਾਰ ਹੋ ਗਿਆ ਥਾ ਜੀ, ਤੋ ਫਿਰ ਮੈਨੇ ਹਾਰ ਕੇ ਕੰਪਲੇਂਟ ਕੀਆ ਸਰ। ਓਵਰਆਲ ਪੈਸੇ ਵੀ ਦੀਏ, ਸਰੀਰਕ ਸ਼ੋਸ਼ਣ ਵੀ ਆ, ਨੌਕਰੀ ਵੀ ਸਰ, ਨੌਕਰੀ ਵੀ। ਤੋ ਕੀ ਮੰਗ ਕਰਤੇ ਮੈਡਮ? ਜੋ ਇਹ ਹੈ ਇਨਕੋ ਜੋ ਸਬਸੇ ਅਰੈਸਟ ਕੀਆ ਜਾਏ ਇਨ ਦੋਨੋਂ ਕੋ, ਇਸਕੇ ਫਾਦਰ ਕੋ ਯੇ ਹੈ, ਔਰ ਅਬ ਉਸਕੇ ਬਾਅਦ ਜੋ ਇਸਕੀ ਬੂਆ ਹੈ ਉਹ ਇਸਕੇ ਮਾਮਾ ਜੀ ਇਸਕੇ ਨਾਨਾ ਜੀ ਵੋ ਪ੍ਰੈਸ਼ਰ ਡਾਲ ਰਹੇ ਹੈ ਕਿ ਕੰਪਲੇਂਟ ਵਾਪਸ ਲੈ ਲੇ, ਕੰਪਲੇਂਟ ਵਾਪਸ ਨਹੀਂ ਲੇਗੀ ਤੋ ਉਸਕੇ ਬਾਅਦ ਫਿਰ ਆਪਣਾ ਦੇਖ ਲਿਓ, ਅਕੇਲੀ ਹੈ ਪਤਾ ਵੀ ਨਹੀਂ ਲੱਗੇਗਾ ਤੂੰ ਜਾਏਗੀ ਕਹਾਂ। ਆਪਕੇ ਸਾਥ ਔਰ ਵੀ ਹੈ ਮਤਲਬ ਆਪਕੇ ਮਦਰ ਫਾਦਰ? ਨਹੀਂ, ਮੇਰੇ ਪਾਪਾ ਜੀ ਐਕਸਪਾਇਰ ਹੋ ਚੁੱਕੇ ਹੈ, ਮੇਰੇ ਜੋ ਗ੍ਰੈਂਡ ਮਦਰ ਥੇ ਵੋ ਵੀ ਐਕਸਪਾਇਰ ਹੋ ਚੁੱਕੇ ਹੈ, ਮੈਂ ਅਕੇਲੀ ਹੂੰ ਜੀ। ਤੋ ਅਭੀ ਆਪ ਮਤਲਬ ਇਤਨੇ ਲੋਕ ਆਪਕੇ ਸਾਥ ਹੈ ਤੋ ਯੇ ਕਹਾਂ ਸੇ? ये सर मैं इंक्वायरी कर रही थी उस लड़के की, यहाँ आए और मैं पुलिस को इन्फॉर्मेशन दूँ कि लड़का आ चुका है आप गिरफ्तार कर लीजिए, तब इन्होंने देखा कि लड़की 3-4 दिन से आ रही है, परेशान हो रही है, तब इन्होंने कल मेरे से पूछा कि क्या मैटर है, तब ये सारे पर्सन मेरी हेल्प के लिए खड़े हुए हैं मेरी, अब मैं ये है मेरे लिए कि मैं अब अकेली नहीं हूँ। ठीक है, अब तो मैं अभी क्या कह रहे हैं पुलिस वाले? अब उन्होंने कल बोला था कि आज 5 बजे उसको यहाँ लालड़ू पेश करेंगे, लेकिन अभी तक तो कोई यहाँ पर आया नहीं है। साहिल राणा, मैं लालड़ू का ही हूँ। ਕੱਲ ਭੈਣ ਇੱਧਰ ਘੁੰਮ ਰਹੇ ਸੀ ਤੇ ਆ ਕੇ ਸਾਰਿਆਂ ਨੇ ਹਮਨੇ ਪੁੱਛਿਆ ਕਿ ਕਿਆ ਬਾਤ ਹੈ, ਤੋ ਇਹਨੇ ਸਾਰੀ ਬਤਾਈ ਹਮਕੋ, ਜੋ ਹਮੇ ਪਲੱਸ ਪੁਆਇੰਟ ਇਹ ਮਿਲਾ ਕਿ ਜੋ ਮੈਡਮ ਨੇ ਬਤਾਇਆ ਕਿ ਇਸ ਮਸਜਿਦ ਮੇਂ ਇਨਕੋ ਲਾ ਕੇ ਇਨਕਾ ਧਰਮ ਪਰਿਵਰਤਨ ਕਰਾਇਆ, ਫਿਰ ਉਸਕੇ ਬਾਅਦ ਮਾਰਾ ਪਿੱਟਾ ਔਰ ਇਨਕੀ ਗਲਤ ਵੀਡੀਓ ਵਗੈਰਾ ਵੀ ਬਣਾ ਰੱਖੀ ਹੈ ਜੋ ਬਲੈਕਮੇਲ ਕੇ ਲੀਏ, ਤੋ ਹਮਾਰੇ ਸਾਰੇ ਗਾਉਂ ਵਾਲੋਂ ਨੇ, ਹਮਾਰੇ ਸਾਰੇ ਲਾਡੂ ਕੇ ਹਿੰਦੂ ਸਮਾਜ ਨੇ ਇਕੱਠੇ ਹੋ ਗਏ, ਇਹ ਕਿ ਆਜ ਤੱਕ ਐਸਾ ਹੁਆ ਨਹੀਂ ਹੈ ਯਹਾਂ ਪੇ। ਠੀਕ ਹੈ, ਫਿਰ ਵੀ ਦੇਖੋ ਕਿਤਨੀ ਬੜੀ ਬਾਤ ਹੈ ਕਿ ਇਤਨੇ ਸਾਲ ਸੇ ਯਹਾਂ ਪੇ ਰਹਿ ਰਹੇ ਹੈ ਔਰ ਹਮਾਰੇ ਪੰਜਾਬ ਮੇਂ ਪਹਿਲੇ ਹੀ ਮਾਹੌਲ ਖਰਾਬ ਹੋ ਰਿਹਾ ਹੈ, ਉੱਪਰ ਸੇ ਐਸੀ ਚੀਜ਼ੇ, ਇਹ ਧਰਮ ਪਰਿਵਰਤਨ ਕੀ ਸਭਸੇ ਗਲਤ ਹੈ। ਦੂਸਰਾ, ਇਹ ਲੜਕਾ ਇੱਕ ਇੰਸਟੀਟਿਊਟ ਚਲਾਤਾ ਹੈ ਜਿਸਮੇਂ ਹਮਾਰੇ ਗਾਓ ਕੀ ਸਭ ਬਹਿਣੇ ਔਰ ਲੜਕੀਆਂ ਜਾਤੀ ਹੈ, ਕੌਣ ਕੋਈ ਯਹਾਂ ਪੇ ਪਤਾ ਨਹੀਂ ਕਰਤਾ ਕਿ ਕੌਣ ਹੈ, ਉਸਕਾ ਬੈਕਗ੍ਰਾਊਂਡ ਕਿਆ ਹੈ, ਕੱਲ ਕੋ ਇਹ ਬਾਤ ਕਿਸੀ ਕੇ ਸਾਥ ਵੀ ਹੋ ਸਕਤੀ ਹੈ। ਠੀਕ ਹੈ, ਇਨ ਬੰਦੋ ਕੀ ਬਹੁਤ ਤਗੜੀ ਮੁਹਿੰਮ ਹੈ ਔਰ ਬਕਾਇਦਾ ਜੋ ਇਹ ਮੌਲਵੀ ਹੈ ਮਸਜਿਦ ਕਾ, ਇਸਕੀ ਪ੍ਰੋਪਰਟੀ ਵੀ ਪਤਾ ਕੀ ਹੈ, ਇਸਕੀ ਹੱਦ ਸੇ ਜ਼ਿਆਦਾ ਪ੍ਰੋਪਰਟੀ ਹੈ, ਮੰਡੀ ਮੇਂ ਕਈ ਪਲਾਟ ਲੀਏ ਹੋਏ, ਆਪਣੀ ਕੋਟੀ ਲੈ ਰਿਹਾ ਹੈ, ਸਭ ਕੁਛ ਹੈ, ਔਰ ਇਸਕੇ ਲੜਕੇ ਕਾ ਕੋਈ ਅਤਾ ਪਤਾ ਨਹੀਂ ਹੈ, ਲੜਕੇ ਕੀ ਇਨਫੋਰਮੇਸ਼ਨ ਨਿਕਾਲੀ, ਸਭ ਕੋ ਝੂਠ ਬੋਲਤਾ ਹੈ, ਕਿਸੀ ਕੋ ਬੋਲਤਾ ਹੈ ਹਾਈ ਕੋਰਟ ਮੇਂ ਹੈ, ਕਿਸੀ ਕੋ ਸੈਸ਼ਨ ਕੋਰਟ ਮੇਂ, ਕਿਸੀ ਕੋ ਬੋਲਤਾ ਹੈ ਸਟੈਨੋ ਹੈ, ਇਹ ਕੁਛ ਨਹੀਂ ਹੈ ਅਬ ਤੱਕ, ਇਸਕਾ ਕੋਈ ਪ੍ਰੂਫ ਨਹੀਂ ਹੈ। ਕਿਆ ਮੰਗ ਕਿਆ ਕਰਤੇ ਹੋ ਹਮਾਰੀ ਮੰਗ ਇਹ ਹੈ ਕਿ ਮੈਡਮ ਕੀ ਹਮਾਰੀ ਸਭ ਸੇ ਪਹਿਲੇ ਤੋ ਮੈਂ ਮੰਗ ਇਹ ਹੈ ਕਿ ਉਸਕੋ ਅਰੈਸਟ ਪੜੇ,
उसको कड़ी सी कड़ी सज़ा मिले। और दूसरी हमारी मांग ये है कि जो मौलवी है जिसने धर्म परिवर्तन कराया उसके ऊपर भी कार्रवाई होए, और ताकि हम जितने भी लाडू समाज वाले बंदे हैं हमने कल कंप्लेंट करी कि इस मौलवी के ऊपर भी कार्रवाई होए, मौलवी की भी रेस्ट पड़नी चाहिए, ताकि ये लव जिहाद वाला मामला जो पहले यूपी में देखने को मिलता था अब यहाँ पर हो गया। ठीक है जी, इसलिए रिक्वेस्ट है प्रशासन से हमारी तो हाथ जोड़ के कि जल्द से जल्द इंसाफ हो, तो अगर इंसाफ नहीं मिला तो फिर हिंदू समाज सड़कों पे उतरेगा। कनाडा के शहर ब्रैम्पटन में हुए सड़की हादसे में बटाला नजदीक पेंदे पिंड सुखा चिड़ा की 21 साल लड़की की मौत होने की मंदभागी खबर सामने आई है। इस संबंधी मृतक लड़की के चाचा ग्रंथी नरेंद्र सिंह ने जानकारी देते दसा कि उसकी भतीजी लखविंदर कौर कोमल 21 साल पुत्री बलविंदर सिंह वासी पिंड सुखा चिड़ा जो कि करीब 10 महीने पहला ही कैनेडा पढ़ाई करन गई सी। उसने दसिया कि छुट्टियां होने कारण अपनियां 5 होर ना समेत काम ते जा रही सन, जिस गड्डी दे ओ सवार सन ओह कंट्रोल तो बाहर होके दरखत नाल चाट कराई, जिस कारण मेरी भतीजी लखविंदर कौर कोमल समेत 3 होर लड़कियां दी मौके ते ही मौत हो गई। हांजी, वाहेगुरू जी का खालसा वाहेगुरू जी की फतेह। जी, मेरा पिंड सुखा चिड़ा है, तहसील बटाला, जिला गुरदासपुर, जो साढ़े परिवार के नाल बहुत मंदभागी घटना वापरी है जी। मेरी भतीजी लखविंदर कौर कोमल जो कि पिछले साल 2023 दे विच सितंबर अंटेक दे विच अगस्त की 30 तरीक नूं इत्थों आपां कनेडा घली, जिहदी स्टडी चल रही सी, जिहदे विच उहनूं 4 महीने दीआं विच छुट्टियां पै गईआं। 4 महीने दीआं छुट्टियां पैण दे विच उहनां ने कुछ लाभ लैणा कीता कि ਕੁਝ ਕੰਮ ਮਿਲ ਜਾਵੇ, ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ, ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸ਼ਾਮਾਂ ਨੂੰ ਘਰ ਆ ਜਾਂਦੀ ਹੈ। ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ, ਤੇ ਜਦੋਂ ਵਾਪਸ ਆ ਰਹੀ ਹੈ, ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ 2 ਨੌਜਵਾਨ ਹੋਰ ਉਹਨਾਂ ਦੇ ਨਾਲ, ਇੱਕ ਡਰਾਈਵਰੀ ਕਰ ਰਿਹਾ ਹੈ, ਇੱਕ ਕਨੈਕਟਰ ਸੀਟ ਤੇ ਬੈਠਾ ਹੈ। ਇਹ 3 ਗੁੱਡੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਰਲੀ ਸੀਟ ਤੇ ਬੈਠੀ ਹੋਈ ਹੈ। ਅਚਾਨਕ ਇਹਨਾਂ ਦੇ ਕੋਈ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ, ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ ਦੋਵੇਂ ਗੁੱਡੀਆਂ ਜਿਹੜੀਆਂ ਮਗਰ ਬੈਠੀਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਹੜਾ ਕਿ ਅਜੇ ਹੋਸ਼ ਦੇ ਵਿੱਚ ਨਹੀਂ ਆਇਆ। ਸਾਨੂੰ ਉੱਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ। ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾੜਾ ਹੋਇਆ ਹੈ। ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਪ੍ਰੋਗਰਾਮ ਦੇ ਤਹਿਤ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਦੇ ਪੈਂਦੇ ਪਿੰਡ ਕੰਬਾਲੀ ਵਿਖੇ ਇਲਾਕੇ ਦੇ ਲੋਕਾਂ ਦੇ ਰੋਜ਼ਮਰਾਂ ਦੇ ਕੰਮਾਂ ਨੂੰ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ 5 ਤੋਂ 6 ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਪੁੱਜ ਕੇ ਵੱਖ-ਵੱਖ ਅਧਿਕਾਰੀਆਂ ਦੇ ਕੋਲੋਂ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਆਪੋ ਆਪਣੇ ਕੰਮ ਕਰਵਾਏ। ਇਸ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਦੇ ਲਈ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਪਿੰਡ ਕੰਬਾਲੀ ਵੀ ਪਹੁੰਚੇ ਹੋਏ ਸਨ। ਜਿਸ ਦਾ ਬੈਨੀਫਿਟ ਦਾ ਸਵਾਲ ਇਹ ਹੈ ਵੀ ਲੋਕਾਂ ਨੂੰ ਕਿਤੇ ਜਾਣਾ ਨਹੀਂ ਪੈਂਦਾ, ਦਫ਼ਤਰਾਂ 'ਚ ਧੱਕੇ ਨਹੀਂ ਖਾਣੇ ਪੈਂਦੇ, ਅਤੇ ਇੱਥੇ ਬੈਠੇ ਬਿਠਾਈ ਸਾਰੇ ਕੰਮ ਨੇ ਜਿਹੜੇ ਹੋਈ ਜਾ ਰਹੇ ਨੇ, ਅਤੇ ਅੱਜ 4-5 ਪਿੰਡਾਂ ਦਾ ਇਕੱਠਾ ਜਿਹੜਾ ਕੈਂਪ ਲਾਇਆ ਹੋਇਆ ਔਰ ਲੋਕ ਆ ਕੇ ਆਪਣਾ ਕੰਮ ਕਰਵਾ ਰਹੇ ਨੇ। ਨਹੀਂ ਇੱਥੋਂ ਘੱਟੋ ਘੱਟ 15 ਕਿਲੋਮੀਟਰ ਚੱਲ ਕੇ ਜਾਣਾ ਪਊਗਾ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਲਈ, ਨਹੀਂ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਸਾਰੇ ਕੰਮ ਹੋ ਰਹੇ ਨੇ। ਇਸ ਕਰਕੇ ਇਹਨਾਂ ਕੈਂਪਾਂ ਦਾ ਬਹੁਤ ਹੀ ਫਾਇਦਾ ਅਤੇ ਲੋਕ
ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਸਰਕਾਰ ਸਾਡਾ ਇੰਨਾ ਧਿਆਨ ਰੱਖ ਰਹੀ ਹੈ ਵੀ ਘਰ ਬੈਠੇ ਬਿਠਾਏ ਜਿਹੜੇ ਸਾਡੇ ਕੰਮ ਨੇ ਉਹ ਹੋ ਰਹੇ ਨੇ। ਨਹੀਂ ਐਸੀ ਕੋਈ ਗੱਲ ਨਹੀਂ ਹੈਗੀ, ਅਸਲ ਦੀ ਇੱਕ ਤਾਂ ਗਿਣਤੀ ਇੱਦਾਂ ਦੀ ਕੋਈ ਹੈ ਨਹੀਂ ਸਾਡੇ ਕੋਲ ਜੇ ਵੀ ਕਿੰਨੀਆਂ ਸ਼ਿਕਾਇਤਾਂ ਪਹਿਲਾਂ ਆਈਆਂ ਅਤੇ ਕਿੰਨੀਆਂ ਨਿਪਟਾਰਾ ਹੋ ਗਿਆ, ਉਹ ਵੀ ਮੈਂ ਲੈ ਲੂੰਗਾ ਤੁਹਾਡੇ ਤੋਂ, ਮੈਨੂੰ ਧਿਆਨ 'ਚ ਗੱਲ ਲੈ ਕੇ ਆਉਂਦੀ ਆ। ਲੇਕਿਨ ਹਰ ਇੱਕ ਕੰਮ ਕਰਨ ਨੂੰ ਹੀ ਟਾਈਮ ਲੱਗਦਾ, ਵੀ ਫਾਰਮ ਭਰ ਕੇ ਇੱਕ ਸਿਸਟਮ 'ਚ ਪਾਉਣਾ ਪੈਂਦਾ, ਸਿਸਟਮ 'ਚ ਪਾ ਕੇ ਉਹਦੀ ਸੈਂਕਸ਼ਨ ਲੈ ਕੇ ਫਿਰ ਟਾਈਮ ਲੱਗਦਾ। ਅਸਲ 'ਚ ਜਿਹੜਾ ਇਹਨਾਂ ਦੇ ਦਫ਼ਤਰਾਂ ਵਿੱਚ ਜਾਣ ਦਾ ਆਉਣ ਦਾ ਧੱਕੇ ਖਾਣ ਦਾ ਟਾਈਮ ਬਚਦਾ, ਬਾਕੀ ਪ੍ਰੋਸੀਜਰ ਨੂੰ ਜਦੋਂ ਤੱਕ ਸਵਾਲ ਆ 15-20 ਦਿਨ ਜਿਹੜਾ ਲੱਗਣਾ ਹੁੰਦਾ ਉਹ ਲੱਗਦਾ ਹੀ ਆ, ਪਰ ਇਹ ਆ ਵੀ ਕੰਮ ਸਾਰਿਆਂ ਦੇ ਹੋ ਰਹੇ ਨੇ ਅਤੇ ਜਿਨ੍ਹਾਂ ਦੇ ਨਹੀਂ ਵੀ ਹੋਏ ਉਹਨਾਂ ਦੇ ਵੀ ਹੋ ਜਾਣਗੇ। ਵਾਤਾਵਰਨ ਨੂੰ ਬਚਾਉਣ ਲਈ ਦਰਖਤ ਲਗਾਉਣੇ ਲਾਜ਼ਮੀ ਹਨ। ਇਸੇ ਮੁਹਿੰਮ ਤਹਿਤ ਅੱਜ ਮੋਹਾਲੀ ਪ੍ਰਸ਼ਾਸਨ ਨੇ ਡੇਰਾ ਬਸੀ ਹਲਕੇ ਦੇ ਪਿੰਡ ਦੋਲਾ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ, ਜਿਸ ਦਾ ਉਦਘਾਟਨ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਸ਼ਿਕਾ ਜੈਨ ਨੇ ਕੀਤਾ। ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ 1.5 ਲੱਖ ਬੂਟੇ ਲਗਾਉਣ ਦਾ ਟੀਚਾ ਹੈ। ਹਾਂਜੀ ਮੈਮ, ਹਾਂਜੀ, ਅੱਜ ਅਸੀਂ ਪਿੰਡ ਜੌਲਾ ਕਲਾਂ ਹਲਕਾ ਡੇਰਾ ਬਸੀ ਦੇ ਵਿੱਚ ਇੱਕ ਮੈਗਾ ਪਲਾਂਟੇਸ਼ਨ ਡਰਾਈਵ, ਜਿਸ ਦੇ ਵਿੱਚ 10,000 ਬੂਟਾ ਅਸੀਂ ਇੱਥੇ ਪੰਚਾਇਤ ਦੀ ਥਾਂ 'ਤੇ ਲਾ ਰਹੇ ਹਾਂ, ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਵਿੱਚ ਅਸੀਂ 1.5 ਲੱਖ ਬੂਟਾ ਪੂਰੇ ਜ਼ਿਲ੍ਹੇ ਮੋਹਾਲੀ ਦੇ ਵਿੱਚ ਅੱਜ ਦੇ ਦਿਨ ਲਾ ਰਹੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਹ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਕਈ ਦਿਨਾਂ ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ, ਜਿਸ ਦੇ ਵਿੱਚ 2.5 ਲੱਖ ਬੂਟੇ ਦਾ ਟਾਰਗੇਟ ਅਸੀਂ ਅਚੀਵ ਕਰਨ ਵਾਲੇ। ਮੈਨੂੰ ਖੁਸ਼ੀ ਹੈ ਦੱਸਦੇ ਹੋਏ ਕਿ ਸਾਡਾ ਜ਼ਿਲ੍ਹਾ ਪੰਜਾਬ ਵਿਖੇ 5 ਜ਼ਿਲ੍ਹੇ ਦੇ ਵਿੱਚ ਹੈਗਾ, ਔਰ ਸਾਨੂੰ ਉਮੀਦ ਹੈ ਕਿ ਅਸੀਂ ਆਪਣਾ ਟੀਚਾ ਵੀ ਬਹੁਤ ਛੇਤੀ ਪੂਰਾ ਕਰਾਂਗੇ। ਬਟ ਉਸਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਹੋਵੇ ਕਿ ਆਪਣੇ ਵਾਤਾਵਰਨ ਨੂੰ ਸਾਫ਼ ਕਿਵੇਂ ਰੱਖਣਾ ਹੈ ਔਰ ਆਪਣੇ ਆਲੇ ਦੁਆਲੇ ਦੀ ਜਿਹੜੀ ਨੇਚਰ ਹੈ ਉਹਨੂੰ ਪ੍ਰਿਜ਼ਰਵ ਕਿਵੇਂ ਕਰਨਾ ਹੈ। ਔਰ ਤਾਂ ਕਰਕੇ ਅੱਜ ਸਾਡੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇੜੇ ਦੇ ਸਰਕਾਰੀ ਸਕੂਲ ਦੇ ਸਾਡੇ ਨਾਲ ਸ਼ਮੂਲੀਅਤ ਕਰ ਰਹੇ ਨੇ, ਔਰ ਇਹ ਸਾਨੂੰ ਇਹ ਮੈਸੇਜ ਸਾਨੂੰ ਦਿੰਦੇ ਵੀ ਹੈ ਔਰ ਵਾਪਸ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵੀ ਸਾਡਾ ਮੈਸੇਜ ਲੈ ਕੇ ਜਾਣਗੇ ਕਿ ਕਿਵੇਂ ਆਪਣੇ ਆਲੇ ਦੁਆਲੇ ਦੇ ਦਰੱਖਤਾਂ ਨੂੰ ਬਚਾਉਣਾ ਔਰ ਹੋਰ ਦਰੱਖਤ ਲਗਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜੀ ਗੁਰੂਆਂ ਵੱਲੋਂ ਸਾਨੂੰ ਧਰਤੀ ਸੌਂਪੀ ਗਈ ਹੈ ਉਹਦਾ ਅਸੀਂ ਧਿਆਨ ਰੱਖੀਏ ਔਰ ਉਹਨੂੰ ਹੋਰ ਸਿਰਜੀਏ। ਹਾਂਜੀ ਸਰ, ਅੱਜ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਇੱਕ ਸੁਨੇਹਾ ਸਾਨੂੰ ਮਿਲਿਆ ਉਹਦੇ ਤਹਿਤ DC ਸਾਹਿਬ ਅਤੇ ਸਾਰਾ ਜ਼ਿਲ੍ਹਾ, ਜਿਹੜੇ ਸਾਰੇ ਜ਼ਿਲ੍ਹਾ ਡਿਸਟ੍ਰਿਕਟ ਲੈਵਲ ਦੇ ਸਾਰੇ ਅਧਿਕਾਰੀ ਨੇ, DPRO ਸਾਹਿਬ, SM ਸਾਹਿਬ ਅਤੇ ਜਿੰਨੇ ਹੋਰ ਆਫਿਸਰ ਸਾਹਿਬਾਨ ਨੇ, ਸਾਰਿਆਂ ਨੇ ਇੱਕ ਟਾਸਕ ਮਿੱਥਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਅਤੇ ਪਾਣੀ ਬਚਾਵਾਂਗੇ। ਮੈਂ ਤਾਂ ਅੱਜ ਦੇ ਇਸ ਮੌਕੇ 'ਤੇ ਡਿਸਟ੍ਰਿਕਟ ਹੈੱਡਕੁਆਰਟਰ ਤੋਂ DC ਸਾਹਿਬ ਦਾ ਔਰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ ਕਿ ਅੱਜ ਇੰਨੀ ਗਰਮੀ ਔਰ ਮੀਂਹ ਦੇ ਬਾਵਜੂਦ ਵੀ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ। ਖਾਸ ਕਰ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਧੰਨਵਾਦ ਕਰਦਾ, ਇਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਇਹਨਾਂ ਨੂੰ ਉਸ ਪਾਸੇ ਪ੍ਰੇਰਿਆ ਕਿ ਤੁਸੀਂ ਜਾਓ ਬੂਟੇ ਲਾਓ। ਅੱਜ ਮੈਂ ਜੌਲੇ ਦੇ ਵਿੱਚ ਜਿਹੜਾ ਟਾਸਕ ਸਰਕਾਰ ਵੱਲੋਂ DC ਸਾਹਿਬ ਵੱਲੋਂ ਮਿੱਥਿਆ ਗਿਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਮੂਲੀਅਤ ਕਰਕੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹਲਕੇ ਦੇ ਵਿੱਚ, ਔਰ ਮੈਂ ਡੇਰਾਬਸੀ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਹੀ ਇਨਸਾਨ ਜਿਹੜੇ ਆਪਾਂ ਕਿਸਾਨ ਲੋਕ ਹੈ, ਆਪਾਂ ਆਪਣੇ ਦਰਖਤ ਜਿਹੜੀਆਂ ਵੱਟਾਂ ਦੇ ਦਰਖਤ ਕੱਟੀ ਜਾ ਰਹੇ ਹਾਂ ਦਿਨ ਰਾਤ, ਆਪਾਂ ਇਕੱਲੀ ਇਹ ਬਿਜ਼ਨਸ ਵਾਸਤੇ ਨਾ ਸੋਚੀਏ ਕਿ ਅਸੀਂ ਲੱਕੜ ਕੱਟ ਕੇ ਉਹਦਾ ਪੈਸਾ ਕਮਾਉਣਾ, ਇਹ ਸੋਚੀਏ ਕਿ ਆਉਣ ਵਾਲੀਆਂ ਨਸਲਾਂ ਵਾਸਤੇ ਆਕਸੀਜਨ ਅਤੇ ਪਾਣੀ ਬਹੁਤ ਜ਼ਰੂਰੀ ਹੈ। ਮੈਂ ਧੰਨਵਾਦ ਕਰਦਾ ਮਾਨ ਸਾਹਿਬ ਵੱਲੋਂ, ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਪਨਾ ਲਿਆ ਸੀ, ਆਉਣ ਵਾਲੇ ਸਮੇਂ 'ਚ ਸਰਕਾਰ ਹੁੰਦਾ ਨਜ਼ਰ ਆ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਸਾਹਮਣੇ ਆ ਰਹੇ ਡਾਇਰੀਆ ਅਤੇ ਹੈਜੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਜਾਂ ਕਲੋਰਿਨ ਨਾਲ ਸੋਧਿਆ ਪਾਣੀ ਹੀ ਪੀਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਹਨਾਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਹੈਜੇ ਦੇ 1 ਕੇਸ ਸਮੇਤ ਡਾਇਰੀਆ ਦੇ 20 ਕੇਸ ਸਾਹਮਣੇ ਆਏ ਹਨ।
ਹਾਂਜੀ, ਅੱਜ ਹੈਲਥ ਡਿਪਾਰਟਮੈਂਟ ਵੱਲੋਂ ਰਿਪੋਰਟ ਹੋਇਆ ਸੀ ਕਿ ਕੁੰਬੜਾ ਪਿੰਡ ਦੇ ਵਿੱਚ ਕੁਝ ਕੋਲਰਾ ਦੇ ਕੇਸਿਸ ਅਤੇ ਡਾਇਰੀਆ ਦੇ ਕੇਸਿਸ ਰਿਪੋਰਟ ਹੋਏ ਆ, ਅਤੇ ਅਸੀਂ ਹੈਲਥ ਵਿਭਾਗ, ਐਮ ਸੀ ਮੋਹਾਲੀ, ਵਾਟਰ ਸਪਲਾਈ, ਸੈਨੀਟੇਸ਼ਨ, ਰੂਰਲ ਅਤੇ ਹੋਰ ਸਾਰੇ ਕੰਸਰਨ ਮਹਿਕਮਿਆਂ ਨੂੰ ਨਾਲ ਲੈ ਕੇ ਏ ਡੀ ਸੀ ਡੀ ਮੈਡਮ ਵੀ ਇੱਥੇ ਆਏ ਹੋਏ ਨੇ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਕਿਤੇ ਪਾਣੀ ਦੇ ਸਰੋਤ ਦੇ ਵਿੱਚ ਕੰਟੈਮੀਨੇਸ਼ਨ ਹੋਈ ਹੈ ਜਿਸ ਕਰਕੇ ਇਹ ਕੋਲਰਾ ਅਤੇ ਡਾਇਰੀਆ ਦੇ ਕੇਸਿਸ ਸਾਹਮਣੇ ਆ ਰਹੇ। ਮੈਂ ਤੁਹਾਡੇ ਰਾਹੀਂ ਸਾਡੇ ਮੋਹਾਲੀ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਸੀਜ਼ਨ ਦੇ ਵਿੱਚ ਪਾਣੀ ਦਾ ਸਰੋਤ ਆਪਣਾ ਜ਼ਰੂਰ ਚੈੱਕ ਕਰ ਲਓ, ਜਿੱਥੇ ਤੱਕ ਹੋ ਸਕੇ ਪਾਣੀ ਨੂੰ ਉਬਾਲ ਕੇ ਪੀਣਾ ਹੈ, ਔਰ ਹੈਲਥ ਡਿਪਾਰਟਮੈਂਟ ਵੱਲੋਂ ਅਤੇ ਵਾਟਰ ਸਪਲਾਈ ਸੈਨੀਟੇਸ਼ਨ ਵੱਲੋਂ ਕਲੋਰੀਨ ਦੇ ਟੈਬਲੇਟਸ, ਸੋਡੀਅਮ ਹਾਈਪੋਕਲੋਰਾਈਡ ਦੇ ਟੈਬਲੇਟਸ ਦਿੱਤੇ ਜਾ ਰਹੇ। ਕਿੰਨੇ ਕੇਸ ਆਏ? ਭਾਵੇਂ ਤੁਸੀਂ ਸਪਲਾਈ ਦਾ ਪਾਣੀ ਮਿਊਨਸੀਪਲ ਸਪਲਾਈ ਦਾ ਪੀਂਦੇ ਹੋ ਜਾਂ ਹੋਰ ਕਿੱਥੋਂ ਪੀਂਦੇ ਹੋ, ਆਪਣੇ ਡਰਿੰਕਿੰਗ ਵਾਟਰ ਜਿੱਥੇ ਸਟੋਰ ਕਰਦੇ ਹੋ ਉਸ ਕੰਟੇਨਰ ਦੇ ਵਿੱਚ ਜ਼ਰੂਰ ਉਹ ਸੋਡੀਅਮ ਹਾਈਪੋਕਲੋਰਾਈਡ ਦੀ ਟੈਬਲੇਟ ਨਾਲ ਟ੍ਰੀਟ ਕਰਕੇ ਹੀ ਉਹ ਪਾਣੀ। ਜ਼ਿਲ੍ਹਾ ਨਵਾਂਸ਼ਹਿਰ ਦੀ ਨਵੀਂ ਬਣੀ ਕਚਹਿਰੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਚਹਿਰੀਆਂ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਜੋ ਕਿ ਥਾਣਾ ਭੋਜੇਵਾਲ ਵਿਖੇ ਤੈਨਾਤ ਸੀ, ਜਿਸਦਾ ਨਾਮ ਹਰਵਿੰਦਰ ਸਿੰਘ ਵਾਸੀ ਨੰਗਲ ਦੱਸਿਆ ਜਾ ਰਿਹਾ, ਜਦੋਂ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਚਹਿਰੀਆਂ ਵਿਖੇ ਲੈ ਕੇ ਆਉਂਦਾ ਹੈ ਤਾਂ ਜਦੋਂ ਪੁਲਿਸ ਅਧਿਕਾਰੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਲੋਕਾਂ ਮੁਤਾਬਿਕ AK-47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ ਉਸ ਵਿੱਚੋਂ ਗੋਲੀਆਂ ਨਿਕਲਦੀਆਂ ਹਨ ਔਰ ਇੱਕ ਗੋਲੀ ਉਸਦੇ ਜਾ ਵੱਜਦੀ ਹੈ। ਪਰਿਸਰ ਸੇ ਹਮੇ ਮੈਸੇਜ ਆਇਆ ਥਾ ਕਿ ਭੋਜੇਵਾਲ ਥਾਣੇ ਮੇ ਹਮਾਰੇ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ ਪੋਸਟਡ ਹੈ, ਉਨਕੀ ਡੈਥ ਹੋ ਗਈ ਹੈ, ਇਮੀਡੀਏਟਲੀ ਸਿਵਲ ਹਾਸਪਿਟਲ ਉਨਕੋ ਸ਼ਿਫਟ ਕੀਆ, ਅਭੀ ਮੌਤ ਕਾ ਕਾਰਨ ਔਰ ਸਾਰਾ ਕੁਛ ਵੈਰੀਫਿਕੇਸ਼ਨ ਚੱਲ ਰਹੀ ਹੈ ਅਕੋਰਡਿੰਗਲੀ ਬਰੀਫ ਕੀਆ। ਸਰ ਪੋਸਟਿੰਗ ਕਿੱਥੇ ਸੀ ਮਿਲੀ? ਪੋਸਟਿੰਗ ਇਹਨਾਂ ਦੀ ਐਸਐਚਓ ਪੋਸਟਿੰਗ ਸੀ ਇਹਨਾਂ ਦੀ ਭੋਜੇਵਾਲ ਥਾਣੇ ਵਿੱਚ। ਰੈਂਕ ਐਮ ਐਨ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ ਕੋਹਨੋਂ ਸੀ। ਇੱਥੇ ਪੇਸ਼ੀ ਦੌਰਾਨ ਇੱਥੇ ਇਹਨਾਂ ਦੀ? ਹਾਂਜੀ, ਪੇਸ਼ੀ ਡਿਊਟੀ ਤੇ ਆਏ ਹੋਏ ਸੀ ਤੇ ਸਾਨੂੰ ਕੋਰਟ ਕੰਪਲੈਕਸ ਤੋਂ ਇੱਥੋਂ ਮੈਸੇਜ ਆਇਆ, ਸਾਡੇ ਹੋਰ ਵੀ ਮੁਲਾਜ਼ਮ ਇੱਥੇ ਹਾਜ਼ਰ ਸੀ ਕਿ ਇਹਨਾਂ ਦੀ ਡੈਥ ਹੋ ਗਈ ਹੈ ਤੇ ਇਮੀਡੀਏਟਲੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਹੀ ਹੈ। ਡੈਥ ਕਿੱਦਾਂ ਡੈਥ ਹੋਈ ਹੈ, ਕਿਸ ਤਰ੍ਹਾਂ ਕੋਈ ਡਿਪਰੈਸ਼ਨ ਨੂੰ ਗੋਲੀ ਚਲਾਇਆ, ਕਿੱਦਾਂ ਕੀਤਾ? ਪਹਿਲੇ ਸਭ ਕੁਝ ਵੈਰੀਫਾਈ ਕਰ ਰਹੇ ਹਾਂ, ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਜਾਏਗਾ ਫਿਰ ਤੁਹਾਨੂੰ ਦੱਸ। ਬੋਡੀ ਕਿੱਥੇ ਮਿਲੀ ਆਪਾਂ ਨੂੰ? ਕੋਰਟ ਕੰਪਲੈਕਸ, ਬਾਥਰੂਮ ਤੋਂ ਕਿ ਬਾਹਰ? ਬਾਥਰੂਮ ਤੋਂ। ਜ਼ਿਲ੍ਹਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਪੜਾਣਾ ਦੇ ਨਜ਼ਦੀਕ ਬਣੀਆਂ ਨਹਿਰਾਂ ਵਿੱਚ ਅੱਜ ਸ਼ੱਕੀ ਹਾਲਾਤਾਂ ਵਿੱਚ ਇੱਕ ਕਾਰ ਸਵਾਰ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਰ ਸਵਾਰ ਦੀ ਪਹਿਚਾਣ ਕਰਦਿਆਂ ਦੱਸਿਆ ਕਿ ਕਾਰ ਸਵਾਰ ਵਿਅਕਤੀ ਮੱਖੂ ਦਾ ਰਹਿਣ ਵਾਲਾ ਹੈ ਤੇ ਉਸ ਵੱਲੋਂ ਖੁਦ ਕਾਰ ਨਹਿਰ ਵਿੱਚ ਸੁੱਟੀ ਗਈ, ਅਚਾਨਕ ਇਹ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰ, ਜਿਹੜੀ ਅੱਜ ਨਹਿਰ 'ਚ ਗੱਡੀ ਡਿੱਗੀ ਆ, ਉੱਥੋਂ ਕੋਈ ਡੈੱਡ ਬੋਡੀ ਮਿਲੀ ਅੱਜ? ਹਾਂਜੀ, ਅੱਜ ਪੜਾਣੀਆਂ ਦੀਆਂ ਨਹਿਰਾਂ ਤੋਂ ਫਿਰੋਜ਼ਪੁਰ ਜ਼ਿਲ੍ਹਾ ਰੋਡ ਤੋਂ ਇੱਕ ਗੱਡੀ ਇੰਡਿਕਾ ਨੰਬਰ ਦਾ PB05AB03384 ਮਿਲੀ। ਉਹਦੇ ਵਿੱਚ ਸਵਾਰ ਸੀ ਮੁੰਡਾ ਨਿਸ਼ਾਨ ਸਿੰਘ ਸਨ, ਉਹ ਦਲਬੀਰ ਸਿੰਘ, ਜਿਹਦੀ ਪਛਾਣ ਹੋਈ ਹੈ ਹੀਰਾ ਸ਼ਟਰਿੰਗ ਵਾਲਾ ਨਜ਼ਦੀਕ ਗੁਰਦੁਆਰਾ ਬਾਟਰ ਵਾਲਾ ਮੱਖੂ। ਹਾਂਜੀ, ਇਹ ਮਿਲੀ ਆ ਤੇ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਵੀ ਐਂ ਕਾਰ ਆਪ ਵਿੱਚ ਡਿੱਗੀ ਗਈ ਜਾਂ ਕੁਛ ਕੋਈ ਸਾਈਲੈਂਟ ਟਾਈਪ ਟਾਈਪ ਹੋਇਆ, ਕਿਉਂਕਿ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਮੂੰਹ ਤੋਂ ਝੱਗ ਨਿਕਲੀ ਸੀ। ਠੀਕ ਹੈ, ਇਸ ਕਰਕੇ ਸਪਸ਼ਟ ਨਹੀਂ ਕਿਹਾ ਜਾ ਸਕਦਾ ਜਿੰਨੀ ਦੇਰ ਪੋਸਟਮਾਰਟਮ ਨਹੀਂ ਇਹਨਾਂ ਤੋਂ ਆਏਗੀ। ਉਸ ਤੋਂ ਬਾਅਦ ਹੀ ਜੋ ਕਾਰਨ ਆਉਣਗੇ ਉਹ ਸਾਹਮਣੇ ਉਹ ਸਪਸ਼ਟ ਕੀਤੇ ਜਾਣਗੇ। ਥੈਂਕ ਯੂ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।